ਮੈਂ ਨਾ ਹੁਣ ਤੁਹਾਨੂੰ ਸਾਰਿਆਂ ਨੂੰ ਰਸੋਈ ਵਿੱਚ ਲੈ ਚੱਲਦਾ। ਰਸੋਈ ਵਿੱਚ ਨਾ ਭਾਂਡੇ ਟੁੱਟਣ ਦੀ ਆਵਾਜ਼ ਆ ਰਹੀ ਸੀ ਤੇ ਪਤੀ ਕਹਿੰਦਾ ਕੀ ਟੁੱਟ ਰਿਹਾ ਤੇ ਪਤਨੀ ਕਹਿੰਦੀ ਤੁਹਾਡੇ ਵਾਅਦੇ ਟੁੱਟ ਰਹੇ ਨੇ। ਤੇ ਇੰਜੀ ਪਤੀ ਪਤਨੀ ਕਹਿਣ ਲੱਗੀ ਕਿ ਮੈਨੂੰ ਤਾਂ ਨਾ ਪਹਿਲਾਂ ਹੀ ਪਤਾ ਸੀ, ਵਿਆਹ ਤੋਂ ਪਹਿਲਾਂ ਹੀ ਪਤਾ ਸੀ ਕਿ ਤੁਹਾਡੀ ਮੇਰੀ ਦਾਲ ਨਿਗਲਣੀ। ਉਹ ਕਹਿੰਦਾ ਫਿਰ ਦਾਜ ਵਿੱਚ ਪ੍ਰੈਸ਼ਰ ਕੁੱਕਰ ਲੈ ਕੇ ਆਉਣਾ ਸੀ। ਇੱਕ ਪਤਨੀ ਕਹਿੰਦੀ ਕਿ ਤੁਹਾਡਾ ਦੋਸਤ ਇੱਕ ਬੇਵਕੂਫ ਜਿਹੀ ਕੁੜੀ ਨਾਲ ਵਿਆਹ ਕਰਾਉਣ ਲੱਗਿਆ ਤੇ ਤੁਸੀਂ ਉਹਨੂੰ ਮਨਾ ਕਿਉਂ ਨਹੀਂ ਕਰਦੇ, ਸਮਝਾਉਂਦੇ ਕਿਉਂ ਨਹੀਂ? ਉਹ ਕਹਿੰਦਾ ਮੈਨੂੰ ਕਿਸੇ ਸਮਝਾਇਆ ਸੀ? ਉਹ ਪਤੀ ਪਤਨੀ ਦੀ ਨਾ ਪਤੀ ਪਤਨੀ ਦੀ ਬਹਿਸ ਹੋਈ, ਬਹਿਸ ਹੋਏ ਤੇ ਫਿਰ ਸਭ ਤੋਂ ਵਧੀਆ ਆਉਂਦਾ ਵੀ ਇੱਕ ਜਣਾ ਨਾ ਸੀਨ ਤੋਂ ਡਿਸਅਪੀਅਰ ਹੋ ਜਾਏ, ਤੇ ਨੋਰਮਲੀ ਡਿਸਅਪੀਅਰ ਹੋਣ ਵਾਲਾ ਬੰਦਾ ਹੀ ਹੁੰਦਾ। ਉਹ ਬੰਦਾ ਚਲਾ ਗਿਆ ਬਾਹਰ ਘੁੰਮਿਆ ਫਿਰਿਆ, ਆਪਣਾ ਗੁੱਸਾ ਉਹਦਾ ਉਤਰ ਗਿਆ ਤੇ ਉਹਨੇ ਫੋਨ ਕੀਤਾ ਸ਼ਾਮੀ ਪਤਨੀ ਨੂੰ ਕਿ ਕੀ ਬਣਾਇਆ ਈ, ਤੇ ਉਹਨੂੰ ਹਾਲੇ ਗੁੱਸਾ ਚੜਿਆ ਹੀ ਹੋਇਆ ਸੀ। ਕਹਿੰਦੀ ਜ਼ਹਿਰ ਬਣਾਈ ਹੈ। ਕਹਿੰਦਾ ਮੈਂ ਲੇਟ ਆਵਾਂਗਾ, ਤੂੰ ਖਾ ਕੇ ਸੌਂ ਜਾਈ। ਇੱਕ ਬੰਦਾ ਕਹਿੰਦਾ ਯਾਰ ਤੂੰ ਮੈਨੂੰ ਬੜਾ ਕਹਿੰਦਾ ਵੀ ਮੇਰੀ ਜਨਾਨੀ ਬੜੀ ਡਾਢੀ ਹੈ, ਬੜਾ ਗੁੱਸਾ ਆਉਂਦਾ ਉਹਨੂੰ, ਅਤੇ ਉਹ ਤਾਂ ਪਰ ਤੁਹਾਡੇ ਘਰ ਵਿੱਚੋਂ ਤਾਂ ਬੜੀਆਂ ਹੱਸਣ ਦੀਆਂ ਆਵਾਜ਼ਾਂ ਆਉਂਦੀਆਂ ਨੇ, ਬੜੇ ਹੱਸਦੇ ਹੋ। ਕਹਿੰਦਾ ਗੱਲ ਇਸ ਤਰ੍ਹਾਂ ਕਿ ਗੱਲ ਠੀਕ ਹੈ, ਉਹਨੂੰ ਬੜਾ ਗੁੱਸਾ ਚੜ੍ਹਦਾ ਅਤੇ ਗੁੱਸੇ ਵਿੱਚ ਨਾ ਉਹ ਮੈਨੂੰ ਪਲੇਟਾਂ ਮਾਰਦੀ ਹੈ, ਅਤੇ ਜੇ ਮੈਨੂੰ ਲੱਗ ਜਾਣ ਤਾਂ ਉਹ ਹੱਸਦੀ ਹੈ, ਜੇ ਨਾ ਲੱਗਣ ਤਾਂ ਮੈਂ ਹੱਸਦਾ। ਇੰਝ ਹੀ ਇੱਕ ਨਾ ਉਹੀਓ ਪਤੀ ਨੇ ਨਾ ਉਹ ਜਾ ਕੇ ਡਿਵੋਰਸ ਵਾਸਤੇ ਅਪਲਾਈ ਕਰ ਦਿੱਤਾ। ਜੱਜ ਕਹਿੰਦਾ ਕੀ ਗੱਲ ਹੈ? ਕਹਿੰਦਾ ਜੀ ਇਹਨੂੰ ਜਦੋਂ ਗੁੱਸਾ ਚੜ੍ਹਦਾ ਨਾ ਇਹ ਫਿਰ ਮੈਨੂੰ ਪਲੇਟਾਂ ਮਾਰਦੀ ਆ। ਉਹ ਕਹਿੰਦਾ ਕਦੋਂ ਤੋਂ ਮਾਰ ਰਹੀ ਹੈ? ਕਹਿੰਦਾ ਜੀ ਪਿਛਲੇ ਨਾ 5 ਕੁ ਸਾਲਾਂ ਤੋਂ। ਤੇ ਉਹ ਕਹਿੰਦਾ ਫਿਰ ਤੈਨੂੰ ਅੱਜ ਕਿਉਂ ਯਾਦ ਆਇਆ ਡਿਵੋਰਸ ਲਿਆ ਦੇਣ ਵਾਸਤੇ? ਕਹਿੰਦਾ ਹੁਣ ਇਹਦਾ ਨਿਸ਼ਾਨਾ ਪੱਕ ਗਿਆ। ਸਹੁਰਾ ਬੜਾ ਨਾਰਾਜ਼ ਹੋਇਆ ਬਈ ਇਹ ਸਹੁਰਾ ਬੜਾ ਨਾਰਾਜ਼ ਸਹੁਰਾ ਬੜਾ ਨਾਰਾਜ਼ ਹੋਇਆ ਤੇ ਜਵਾਈ ਨੂੰ ਜਾ ਕੇ ਕਹਿੰਦਾ ਤੂੰ ਵਿਆਹ ਤੋਂ ਪਹਿਲਾਂ ਦੱਸਿਆ ਕਿਉਂ ਨਹੀਂ ਸੀ ਕਿ ਤੂੰ ਸ਼ਰਾਬ ਪੀਨਾ? ਕਹਿੰਦਾ ਤੁਸੀਂ ਕਿਹੜਾ ਦੱਸਿਆ ਸੀ, ਤੁਹਾਡੀ ਧੀ ਲਹੂ ਪੀਂਦੀ ਹੈ। ਉਹ ਇਸ ਤਰ੍ਹਾਂ ਹੋਇਆ ਜੀ, ਪਤੀ ਕਹਿੰਦਾ ਹਰ ਵਕਤ ਲੜਦੀ ਰਹਿੰਦੀ ਹੈ, ਕੀ ਖਾਣੀ ਹੈ? ਉਹ ਕਹਿੰਦੀ ਜੀ ਚਵਨ ਪਰਾਸ਼। ਅੱਛਾ ਚਵਨ ਪਰਾਸ਼ ਨਾਲ ਕੀ ਹੁੰਦਾ? ਕਹਿੰਦੀ ਚਵਨ ਪਰਾਸ਼ ਦੇ ਸ਼ੀਸ਼ੀ ਉੱਤੇ ਲਿਖਿਆ ਬਿਮਾਰੀਆਂ ਸੇ ਲੜਨੇ ਕੀ ਤਾਕਤ ਪਾਓ। ਤਾਂ ਉਹ ਕਹਿੰਦਾ ਬਿਮਾਰੀਆਂ ਨਾਲ ਲੜ, ਤੂੰ ਮੇਰੇ ਨਾਲ ਲੜਦੀ ਆ? ਉਹ ਕਹਿੰਦੀ ਜੀ ਤੁਹਾਡੇ ਤੋਂ ਵੱਡੀ ਬਿਮਾਰੀ ਹੋਰ ਹੈ ਕਿਹੜੀ? ਉਹ ਇਸ ਤਰ੍ਹਾਂ ਹੁੰਦਾ ਹੈ, ਕਈ ਵਾਰੀ ਨਾ ਅਸੀਂ ਪਰਸ ਵਿੱਚ ਫੋਟੋ ਰੱਖਦੇ ਹਾਂ ਆਪਣੀ, ਪਤੀ ਆਪਣੀ ਪਤਨੀ ਦੀ ਫੋਟੋ ਰੱਖਦੇ ਨੇ, ਪਤਨੀਆਂ ਆਪਣੇ ਪਤੀ ਦੀ ਫੋਟੋ ਰੱਖਦੇ ਹਾਂ, ਪਰ ਉਹਨਾਂ ਦੇ ਕਾਰਨ ਥੋੜ੍ਹੇ ਜਿਹੇ ਵੱਖਰੇ ਹੁੰਦੇ ਨੇ। ਪਤੀ ਜਦੋਂ ਫੋਟੋ ਰੱਖਦਾ ਨਾ ਤਾਂ ਉਹਦਾ ਮਤਲਬ ਹੁੰਦਾ ਉਹ ਜਦੋਂ ਡਰਿੰਕ ਕਰਨ ਜਾਂਦਾ ਨਾ ਤਾਂ ਇੱਕ ਡਰਿੰਕ ਮੰਗਾਇਆ ਪੀ ਲਿਆ, ਫਿਰ ਦੂਜਾ ਪੈਗ, ਫਿਰ ਦੂਜੇ ਪੈਗ ਤੋਂ ਬਾਅਦ ਫਿਰ ਫੋਟੋ ਕੱਢੇਗਾ ਪਰਸ ਵਿੱਚੋਂ, ਫਿਰ ਇੱਕ ਹੋਰ ਪੈਗ ਲਾ ਲਏਗਾ। ਫਿਰ ਉਹ ਵੇਟਰ ਕਹਿੰਦਾ ਕੀ ਗੱਲ ਹੈ? ਕਹਿੰਦਾ ਮੇਰੀ ਪਤਨੀ ਦੀ ਫੋਟੋ ਹੈ, ਜਦੋਂ ਮੈਨੂੰ ਸੋਹਣੀ ਲੱਗਣ ਲੱਗ ਪੈਗੀ ਮੈਂ ਘਰ ਚਲਾ ਜਾਵਾਂ। ਤੇ ਪਤਨੀਆਂ ਵੀ ਫੋਟੋ ਰੱਖਦੀਆਂ ਨੇ। ਉਹ ਸਹੇਲੀ ਕਹਿਣ ਲੱਗੀ ਕਿ ਮੈਂ ਬੜੀ ਵਾਰੀ ਦੇਖਿਆ ਤੂੰ ਆਪਣੇ ਪਰਸ ਵਿੱਚੋਂ ਆਪਣੇ ਪਤੀ ਦੀ ਫੋਟੋ ਕੱਢਦੀ ਹੈ, ਤੂੰ ਬੜਾ ਪਿਆਰ ਕਰਦੀ ਹੈ ਪਤੀ ਨੂੰ। ਤੇ ਉਹ ਕਹਿੰਦੀ ਹੈ ਹਾਂ ਇਹ ਨਾ ਮੇਰੀ ਇੰਸਪਾਇਰੇਸ਼ਨ ਹੈ, ਮੈਨੂੰ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਹੈ ਨਾ ਤਾਂ ਮੈਂ ਇਹਨਾਂ ਦੀ ਫੋਟੋ ਦੇਖਦੀ ਹਾਂ ਅਤੇ ਕਹਿੰਦੀ ਹਾਂ ਜੇ ਤੂੰ ਇਸ ਪ੍ਰੋਬਲਮ ਨੂੰ ਹੈਂਡਲ ਕਰ ਸਕਦੀ ਹੈ ਤਾਂ ਦੁਨੀਆ ਦੀ ਕੋਈ ਵੀ ਪ੍ਰੋਬਲਮ ਨੂੰ ਹੈਂਡਲ ਕਰ ਸਕਦੀ ਹੈ।
खुश रहो, खुशहाल रहो, हंसते रहो, वसते रहो. थैंक यू वेरी मच.